ਨਾਭਾ ਵਿੱਚ ਅਗਨੀਪਥ ਯੋਜਨਾ ਨੂੰ ਲੈ ਕੇ ਸਾਬਕਾ ਸੈਨਿਕ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸ਼ਾਂਤੀਮਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਧਰਨਾਕਾਰੀਆਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਨੌਜਵਾਨੀ ਪੀੜ੍ਹੀ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਇਹ ਫੈਸਲਾ ਵਾਪਸ ਨਹੀਂ ਲਿਆ ਤਾਂ ਉਹਨਾਂ ਵੱਲੋਂ ਇਸ ਯੋਜਨਾ ਖਿਲਾਫ ਵੱਡਾ ਸੰਘਰਸ਼ ਕੀਤਾ ਜਾਵੇਗਾ। मोदी सरकार है है काना सरकार सरकार है है अग्निपथ योजना वापस लो मोदी सरकार मुर्दाबाद मोदी सरकार है है। मैं इस दे बारे ही कहना चाहूंगा कि आज इन संकेतक धरना मनो आप ये कोई धरना नहीं है ये कोई बहुत बड़ा रोस प्रदर्शन नहीं है एक संकेत दिता सी सरकार नू कि भाई जे ये ना तुसी वापस किया ये बहुत माहौल खराब होगा ये अगे फिर सानू होर भी बड़ा संघर्ष लड़ना पैना जिदे वास्ते आप सारे तैयार हाँ किसान भी तैयार ने मजदूर भी तैयार ने साडे वर्गे सबका फौजी पहले ही तैयार है असीं तां झंडे च डंडे हमेशा ही रखते हैं सानू कोई फर्क नहीं पैंदा ते ये बहुत असीं वापस करन दी अपील करते हैं मोदी साहब नू कि इहनू जी जल्दी तो जल्दी वापस लो ਇਹ ਨਾ ਹੋਵੇ ਕਿਸਾਨੀ ਅੰਦੋਲਨ ਦੀ ਤਰ੍ਹਾਂ ਤੁਸੀਂ ਸਾਡਾ ਕਰੋੜਾਂ ਦਾ ਨੁਕਸਾਨ ਵੀ ਕਰਾ ਦਿਓ ਅਤੇ ਸਾਡੀਆਂ ਬਹੁਤ ਜਾਨਾਂ ਚਲੀਆਂ ਜਾਣ ਇਹਦੇ ਵਿੱਚ ਹੁਣ ਵੀ ਬਹੁਤ ਬੱਚੇ ਸੁਸਾਈਡ ਕਰ ਚੁੱਕੇ ਨੇ ਇਹ ਫੌਜ ਮੁਖੀ ਸਾਹਿਬ ਨੇ ਸਾਡੇ ਜੋ ਚੀਫ ਸਾਹਿਬ ਨੇ ਤਿੰਨੇ ਚੀਫ ਸਾਹਿਬ ਪਲੱਸ ਚੌਥੇ ਸਾਡੇ CDS ਸਾਹਿਬ ਇੱਕ ਭਾਜਪਾ ਦੀ ਬੋਲੀ ਬੋਲ ਰਹੇ ਨੇ ਇਹ ਬਹੁਤ ਸ਼ਰਮ ਦੀ ਗੱਲ ਆ ਸਾਡੇ ਇੱਕ ਸੈਨਾ ਮੁਖੀਆਂ ਨੂੰ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਦੇਣੀਆਂ ਇਹ ਸਾਨੂੰ ਉਮੀਦ ਨਹੀਂ ਸਾਡੇ ਸੈਨਾ ਮੁਖੀਆਂ ਤੋਂ ਇਸ ਤਰ੍ਹਾਂ ਦੀ ਸੀਗੀ ਕਿ ਉਹ ਬਿਲਕੁਲ ਭਾਜਪਾ ਦੇ ਹੀ ਇੱਕ ਕਾਰਜਕਰਤਾ ਦੀ ਤਰ੍ਹਾਂ ਇਹ ਪੇਸ਼ ਆ ਰਹੇ ਨੇ ਸਾਡੇ ਸਾਹਮਣੇ ਮੀਡੀਆ ਦੇ ਵਿੱਚ ਜੋ ਇਹ ਅਸੀਂ ਇਹਦਾ ਵਿਰੋਧ ਕਰਦੇ ਹਾਂ ਅਤੇ ਸਾਡੇ ਜਨਰਲ ਸਾਹਿਬਾਂ ਨੂੰ ਅਪੀਲ ਕਰਦੇ ਹਾਂ ਕਿ ਜਨਰਲ ਸਾਹਿਬ ਆਪਣੇ ਅਹੁਦੇ ਦਾ ਪਲੀਜ਼ ਤੁਸੀਂ ਮਾੜਾ ਮੋਟਾ ਧਿਆਨ ਰੱਖੋ ਇਹ ਕੰਮ ਹੁੰਦੇ ਨੇ ਪੋਲੀਟੀਸ਼ਨਾਂ ਦੇ ਸਰਕਾਰਾਂ ਦੇ ਗੁਣਗਾਨ ਕਰਨਾ ਪੋਲੀਟੀਸ਼ਨਾਂ ਦੇ ਕੰਮ ਹੁੰਦੇ ਨੇ ਇਹ ਸੋਲਜਰ ਦਾ ਕੰਮ ਨਹੀਂ ਹੁੰਦਾ ਚਾਹੇ ਉਹ ਸਿਪਾਹੀ ਹੋਵੇ ਚਾਹੇ ਚੀਫ ਹੋਵੇ ਉਹਦਾ ਕੰਮ ਆ ਆਪਣੇ ਦੇਸ਼ ਦੀ ਰਾਖੀ ਕਰਨਾ ਇਹ ਸਰਕਾਰ ਆ ਜਿਹੜੀ ਹੈ ਜਿਹੜੀ ਸਾਡੀ ਫੌਜ ਆ ਇਹ ਦੇਸ਼ ਦੀ ਬਾੜ ਆ ਸਾਡੀ ਬਾੜ ਨੂੰ ਸਾਡੇ ਦੇਸ਼ ਦੀਆਂ ਸਰਕਾਰਾਂ ਬੋਧਾ ਕਰਨ ਤੇ ਲੱਗੀਆਂ ਹੋਈਆਂ ਨੇ ਪੁੱਟਣ ਤੇ ਲੱਗੀਆਂ ਹੋਈਆਂ ਨੇ ਵਾਢਾ ਲਾ ਲਿਆ ਪਰ ਸਾਡੇ ਸੈਨਾ ਮੁਖੀ ਅੱਖਾਂ ਮੀਚੀ ਬੈਠੇ ਨੇ ਸਾਡੇ ਸੈਨਾ ਮੁਖੀਆਂ ਨੂੰ ਆਪਣੀ ਅੱਖਾਂ ਖੋਲ੍ਹ ਕੇ ਕੰਨ ਖੋਲ੍ਹ ਕੇ ਸਾਡੇ ਦੇਸ਼ ਨੂੰ ਸੱਚ ਦੱਸਣਾ ਚਾਹੀਦਾ ਕਿ ਇਹ ਗਲਤ ਆ ਪਰ ਉਹਦੇ ਜਿਹੜੇ ਗਾ ਰਹੇ ਨੇ ਗੁਣ ਉਹ ਭਾਜਪਾ ਦੀ ਬੋਲੀ ਬੋਲ ਰਹੇ ਕਿ ਪਿੱਠੂ ਬਣ ਕੇ ਰਹਿ ਗਏ ਨੇ ਹੁਣ ਸਾਡੇ ਜਿਹੜੇ ਅੱਜ ਬੱਚੇ ਪੜ੍ਹ ਰਹੇ ਨੇ ਕੱਲ੍ਹ ਨੂੰ ਇਹ ਜਾਣਗੇ ਅਗਨੀਵੀਰ ਬਣ ਕੇ 4 ਸਾਲਾਂ ਬਾਅਦ ਵਾਪਸ ਆਉਣਗੇ ਇਹਨਾਂ ਨੂੰ ਮਤਲਬ ਇਹੀ ਹੈ ਕਿ ਸਿਕਿਉਰਿਟੀ ਗਾਰਡ ਖੜਾ ਦਿਓ ਇਹ ਉਹ ਕੀ ਨੌਕਰੀ ਦਿੱਤੀ ਆ ਇਹ ਭਾਜਪਾ ਵਾਲੇ ਕਹਿੰਦੇ ਸੀ ਆਪਣੇ ਦਫ਼ਤਰਾਂ ਦੇ ਵਿੱਚ ਰੱਖਾਂਗੇ ਇਹਨਾਂ ਨੂੰ ਸਿਕਿਉਰਿਟੀ ਗਾਰਡ ਇਹ ਉਹਨਾਂ ਦਾ ਇਹ ਸਨਮਾਨ ਕਰ ਰਹੇ ਨੇ ਜਾਂ ਉਹਨਾਂ ਦੀ ਇਨਸਲਟ ਕਰ ਰਹੇ ਨੇ ਸਾਡੇ ਬੱਚਿਆਂ ਦੀ ਇਹ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਨੇ ਸਾਡਾ ਸਿਕਿਉਰਿਟੀ ਗਾਰਡ ਦਾ ਸਾਹਮਣੇ ਤੁਹਾਡੇ ਸਟੋਰ ਆ ਜਾ ਕੇ ਦੇਖ ਲਓ ਉੱਥੇ ਸੂਬੇਦਾਰ ਖੜਾ ਹੋਊਗਾ ਆ ਮੇਰੇ ਵਰਗੇ ਕਿੰਨੇ ਬੇਰੁਜ਼ਗਾਰ ਤੁਰੇ ਫਿਰਦੇ ਅਸੀਂ ਸਾਨੂੰ ਰੁਜ਼ਗਾਰ ਕਿਉਂ ਨਾ ਦਿੱਤਾ ਮੈਂ 24 ਸਾਲ ਨੌਕਰੀ ਕਰਕੇ ਆਇਆ ਮੈਂ ਹੌਲਦਾਰ ਰੈਂਕ ਤੋਂ ਨੌਕਰੀ ਕਰਕੇ ਆਇਆ ਅਤੇ ਹੌਲਦਾਰ ਦੀ ਬੜੀ ਵੱਡੀ ਪਾਵਰ ਹੁੰਦੀ ਆ ਫੌਜ ਦੇ ਵਿੱਚ ਪਰ ਉਹ ਖੜੇ ਨੇ ਜਿਹੜੇ ਸਾਡੇ ਹੌਲਦਾਰ ਡੰਡਾ ਫੜੀ ਖੜੇ ਨੇ ਇਹ ਨੌਕਰੀਆਂ ਦੇਣਗੇ ਸਾਨੂੰ ਇਹ ਲੱਖ ਲਾਣ ਤਾਂ ਇਹਨਾਂ ਦੀ ਇਹੋ ਜਿਹੀਆਂ ਨੌਕਰੀਆਂ 'ਤੇ ਥੁੱਕਦੇ ਨਹੀਂ ਇਹਨਾਂ ਦੀਆਂ ਨੌਕਰੀਆਂ 'ਤੇ ਦਸ ਸਟੈਂਡਰਡ ਨਿਊਜ਼ ਲਈ ਨਾਭਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ।